ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੀ ਤੁਸੀਂ ਸਾਰੇ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ, ਚੜ੍ਹਦੀ ਕਲਾ ਬਖਸ਼ਣ ਜੀ। ਸਵਾਗਤ ਕਰਦੇ ਹਾਂ ਤੁਹਾਡਾ ਆਪਣੀ ਪੰਜਾਬੀ ਵਾਟ ਫੈਮਿਲੀ ਚੈਨਲ 'ਤੇ। ਲਓ ਜੀ, ਟਾਈਮ ਹੋ ਗਿਆ ਸੀ ਇੱਥੇ 2:30 ਵਜੇ ਦਾ, 3 ਕੁ ਵਜੇ ਦਾ ਟਾਈਮ ਆ ਜੀ। ਮੈਂ ਲੱਗੀ ਸੀ ਬਾਲਾਂ ਨੂੰ ਤੇਲ ਲਾਇਆ ਸੀ ਕਿਉਂਕਿ ਅੱਜ ਸਵੇਰੇ ਬਾਲ ਧੋਤੇ ਸੀਗੇ ਆਪਾਂ, ਅਤੇ ਸਿਰ ਵਾਹੁਣ ਲੱਗੀ ਸੀ। ਹਲਕਾ ਜਿਹਾ ਤੇਲ ਲਾਉਂਦੀ ਹੁੰਦੀ, ਬਾਅਦ ਵਿੱਚ ਮੈਂ ਜ਼ਿਆਦਾ ਤੇਲ ਨਹੀਂ ਲਾਉਂਦੀ ਜੀ। ਪਹਿਲਾਂ ਤਾਂ ਜਿਵੇਂ ਨਹਾਉਣ ਤੋਂ ਪਹਿਲਾਂ ਲਾ ਲੈਂਦੀ ਹੁੰਦੀ ਹਾਂ ਜਿਹੜਾ ਹੇਅਰ ਪੈਕ ਹੁੰਦਾ ਹੈ, ਬਾਅਦ ਵਿੱਚ ਫਿਰ ਮੈਂ ਤੇਲ ਨਹੀਂ ਲਾਉਂਦੀ, ਬਸ ਹਲਕਾ ਜਿਹਾ ਲਾਉਂਦੀ ਹਾਂ ਕਿਉਂਕਿ ਮੇਰੇ ਬਾਲ ਘੁੰਘਰਾਲਿਆਂ ਕਰਕੇ ਨਾ ਹਲਕਾ ਜਿਹਾ ਲਾਉਣਾ ਹੀ ਪੈਂਦਾ ਜੀ। ਫਿਰ ਲਾ ਕੇ ਹਲਕਾ ਜਿਹਾ ਇਕੱਠੇ ਜਿਹੇ ਹੋ ਜਾਂਦੇ ਨੇ ਐਨ ਚੰਗੀ ਤਰ੍ਹਾਂ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਬਾਲ ਸਿੱਧੇ ਕਰਕੇ ਆਪਾਂ ਬਣਾ ਲਏ ਜੂੜਾ, ਕਿਉਂਕਿ ਰਸੋਈ 'ਚ ਜਾਣਾ ਸੀਗਾ, ਜੂੜਾ ਬਣਾ ਕੇ ਹੀ ਸਰਨਾ ਸੀਗਾ ਜੀ ਉੱਥੇ, ਨਹੀਂ ਤਾਂ ਗਰਮੀ ਨਾਲ ਨਾ ਗਰਦਨ ਅਤੇ ਬਾਲ ਬਹੁਤ ਜ਼ਿਆਦਾ ਲੜਦੇ ਨੇ। ਤਾਂ ਹੀ ਮੈਂ ਕਟਿੰਗ ਨਹੀਂ ਕਰਾਈ ਇਸ ਵਾਰ ਹਜੇ, ਮੈਨੂੰ ਇਹ ਸੀ ਮੈਂ ਗਰਮੀ ਨਿੰਗ ਜਾਵੇ ਫਿਰ ਦੇਖਾਂਗੇ। ਲਓ ਜੀ, ਇੱਥੇ ਆਪਾਂ ਕਰਨ ਲੱਗੇ ਅੱਜ ਥੋੜ੍ਹਾ ਜਿਹਾ ਸਪੈਸ਼ਲ ਡਿਨਰ ਦੀ ਤਿਆਰੀ, ਕਿਉਂਕਿ ਦੋਨਾਂ ਦੀ ਸਾਰਿਆਂ ਦੀ ਪਸੰਦ ਦਾ ਖਿਆਲ ਰੱਖ ਕੇ ਅੱਜ ਡਿਨਰ ਬਣਾਉਣ ਲੱਗੇ ਹਾਂ। ਡੈਡੀ ਜੀ ਨੇ ਪੇਠਾ ਲਿਆਉਂਦਾ ਹੋਇਆ ਸੀ ਜਿਹੜਾ ਤੁਹਾਨੂੰ ਦੱਸਿਆ ਸੀ ਮੈਂ, ਹੈ ਨਾ, ਵੀ ਮਿੱਠਾ ਕੱਦੂ ਹੁੰਦਾ ਜਿਹੜਾ, ਉਹ ਬਣਾਉਣ ਨੂੰ ਕਹਿੰਦੇ ਸੀਗੇ, ਉਹ ਆਪਾਂ ਕੱਟ ਲਿਆ। ਅਤੇ ਗੁਰਦੀਪ ਉਹਨਾਂ ਨੇ ਫਿਰ ਖਾਣਾ ਨਹੀਂ ਯੂਗੀ, ਅਤੇ ਗੁਰਦੀਪ ਨੇ ਉਹਨਾਂ ਲਈ ਆਪਾਂ ਮੈਂ ਬਣਾਉਣ ਲੱਗੀ ਹਾਂ ਇੱਥੇ ਪਾਓ ਭਾਜੀ। ਮੈਂ ਕਿਹਾ ਚਲੋ ਨਾਲੇ ਡੈਡੀ ਜੀ ਹੁਣੀ ਪਾਓ ਭਾਜੀ ਨਹੀਂ ਖਾਂਦੇ, ਫਿਰ ਗੁਰਦੀਪ ਹੁਣੀ ਪੇਠਾ ਨਹੀਂ ਖਾਂਦੇ, ਮੈਂ ਕਿਹਾ ਦੋਨਾਂ ਦੀ ਉਹ ਹੋ ਜੂਗੀ। ਚਲੋ ਮਿਹਨਤ ਤਾਂ ਕਰਨੀ ਪਊਗੀ, ਤਿਆਰੀ ਨੂੰ ਮੈਂ ਲੱਗੀ ਹੋਈ ਹਾਂ, ਤਿਆਰੀ ਮੈਂ ਕਰਕੇ ਰੱਖ ਲਈ ਸਾਰੀ। ਆਲੂ ਕੱਟ ਲਏ, ਭਾਜੀ ਬਣਾਵਾਂਗੇ ਆਪਾਂ, ਜਿਹੜੀ ਬਣਾਉਣੀ ਆ ਆਪਾਂ ਆਲੂਆਂ ਦੀ ਉਹ ਬਣਾਵਾਂਗੇ ਜੀ, ਕਿਉਂਕਿ ਹੁਣ ਸਬਜ਼ੀਆਂ ਇੰਨੀਆਂ ਹੈ ਨਹੀਂ। ਸ਼ਿਮਲਾ ਮਿਰਚ ਦੀ ਸਬਜ਼ੀ ਮੈਂ ਕੱਲ੍ਹ ਬਣਾ ਲਈ, ਮੈਂ ਰੱਖਣੀ ਭੁੱਲ ਗਈ ਵਿੱਚੋਂ, ਨਹੀਂ ਤਾਂ ਵਿੱਚ 2 ਸ਼ਿਮਲਾ ਮਿਰਚ ਪੈ ਜਾਂਦੀਆਂ ਤਾਂ ਹੋਰ ਵੀ ਜ਼ਿਆਦਾ ਟੇਸਟੀ ਹੋ ਜਾਂਦੀ। ਚਲੋ ਜੀ ਕੋਈ ਗੱਲ ਨਹੀਂ, ਹੈ ਨਾ, ਬੱਚੇ ਤਾਂ ਆਲੂਆਂ ਦੇ ਵੱਧ ਖਾ ਕੇ ਖੁਸ਼ ਨੇ, ਯੂਵੀ ਨੇ ਤਾਂ ਖਾ ਲੈਣੀ ਆ। ਬਾਕੀ ਹੋਰ ਟਮਾਟਰ ਪਿਆਜ਼ ਵਗੈਰਾ ਜ਼ਿਆਦਾ ਕੱਟ ਲਏ ਮੈਂ, ਠੀਕ ਹੈ ਜੀ। ਅਤੇ ਪੇਠਾ ਵੀ ਕੱਟ ਲਿਆ, ਪਿਆਜ਼ ਵੀ ਕੱਟ ਲਿਆ, ਹਰੀ ਮਿਰਚ, ਲਸਣ, ਟਮਾਟਰ, ਪਿਆਜ਼ ਸਾਰਾ ਕੁਛ ਕਟਿੰਗ ਕਰਕੇ ਰੱਖ ਲਿਆ, ਬਸ ਹੁਣ ਤੜਕਾ ਲਾਉਂਦੀ ਹਾਂ। ਅਤੇ ਬਾਅਦ ਵਿੱਚ ਬਣਾਉਣਾ ਮੈਂ ਪ੍ਰਸ਼ਾਦ ਬਣਾਉਣਾ ਜੀ, ਮੱਥਾ ਟੇਕ ਕੇ ਆਉਣਾ ਹੈ ਅੱਜ ਮੈਂ ਜਾ ਕੇ ਆਪਣੇ ਸਿੰਘ ਸ਼ਹੀਦਾਂ 'ਤੇ, ਉਹ ਵੀ ਕਰਦੀ ਹਾਂ। ਟਾਈਮ ਹੋ ਗਿਆ 4:25 ਹੋ ਗਏ, ਦੇਖਦੀ ਹਾਂ ਹੁਣ ਮੈਂ ਸਾਰਾ ਸਮਾਨ ਕਿੰਨੇ ਟਾਈਮ 'ਚ ਬਣਾਉਣੀ ਹਾਂ, ਕਿੰਨੇ ਟਾਈਮ ਦਾ ਟਾਰਗੇਟ ਆ। ਲੈ ਕੇ ਤਾਂ ਮੈਂ ਘੰਟੇ ਦੇ ਵਿੱਚ ਟਾਰਗੇਟ ਚੱਲੀ ਹਾਂ, ਵੀ ਦੋਨੇ ਪਾਸੇ ਸਾਈਡ 'ਤੇ ਪਹਿਲਾਂ ਸਬਜ਼ੀ ਨੂੰ ਤੜਕੇ ਲਾ ਕੇ ਸਬਜ਼ੀਆਂ ਬਣ ਜਾਣਗੀਆਂ 20-25 ਮਿੰਟ 'ਚ, ਫਿਰ ਪ੍ਰਸ਼ਾਦ ਬਣਾ ਲੂੰਗੀ, ਜੋਤ ਬਣਾ ਕੇ ਰੱਖ ਲੂੰਗੀ, ਸਾਰਾ ਕੁਛ ਕਰ ਲੂੰਗੀ। ਬਾਕੀ ਦੇਖਦੇ ਹਾਂ ਜੀ, ਦੇਖਦੇ 5:30 ਵਜੇ ਤੱਕ ਜਦੋਂ ਰਸੋਈ 'ਚੋਂ ਨਿਕਲ ਜਾਵਾਂ, ਹੈ ਨਾ, ਫਰੀ ਹੋ ਜਾਵਾਂ, ਵੀ ਇੰਨਾ ਕੁ ਟਾਈਮ ਲੈ ਕੇ ਚੱਲੀ ਹਾਂ, ਹੋ ਜਾਵੇ ਇੰਨੇ ਕੁ ਟਾਈਮ ਵਿੱਚ ਤਾਂ ਵਧੀਆ ਹੀ ਆ। ਆਲੂ ਵੀ ਇੰਨੇ ਮਹਿੰਗੇ ਹੋ ਗਏ, 40 ਰੁਪਏ ਕਿਲੋ ਡੈਡੀ ਜੀ ਲੈ ਕੇ ਆਏ ਨੇ ਅਤੇ ਮੰਗਵਾਏ ਨੇ ਬਾਜ਼ਾਰੋਂ, ਸ਼ਹਿਰ ਗਏ ਸੀਗੇ। ਪਾਓ ਮੰਗਵਾਏ ਨੇ ਮੈਂ, ਡਬਲ ਰੋਟੀ ਮੰਗਵਾਈ ਆ, ਬ੍ਰੈਡ, ਅਤੇ ਆਹ ਮੰਗਵਾਏ ਨੇ ਆਲੂ, 40 ਰੁਪਏ ਕਿਲੋ ਮਿਲੇ ਨੇ ਡੈਡੀ ਜੀ, ਕਹਿੰਦੇ ਕਾਫੀ ਜ਼ਿਆਦਾ ਮਹਿੰਗੇ ਹੋ ਗਏ ਪਿਆਜ਼ਾਂ ਦੇ ਮਗਰ ਮਗਰ ਭੱਜਣ ਲੱਗ ਗਏ ਵੀ। ਚਲੋ ਵੀ ਕਰਦੇ ਹਾਂ ਆਪਾਂ ਹੁਣ ਪਾਣੀ ਪੀ ਕੇ ਗਲਾਸ ਸ਼ੁਰੂ ਰੈਸਪੀ, ਅਤੇ ਨਾਲ ਦੀ ਨਾਲ ਤੁਹਾਨੂੰ ਵੀ ਰੈਸਪੀ ਦਿੰਦੇ ਹਾਂ, ਬਣੀਆਂ ਰਹੇ ਨਾਲ ਦੀ ਨਾਲ ਜੀ। ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਕਮੈਂਟ ਕਰਿਆ ਕਰੋ, ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਜ਼ਿਆਦਾ ਤੋਂ ਜ਼ਿਆਦਾ। ਅਤੇ ਜਿਹੜੇ ਭੈਣ ਭਾਈ ਨਵੇਂ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਤਾਂ ਜੋ ਆਪਾਂ ਸੋਹਣੀ ਸੋਹਣੀ ਵਧੀਆ ਵਧੀਆ ਰੈਸਪੀਆਂ ਤੁਹਾਨੂੰ ਦਿੰਦੇ ਰਹੀਏ, ਤੁਸੀਂ ਲੈਂਦੇ ਰਹੋ। ਮਿਲਦੇ ਹਾਂ ਜੀ ਨਾਲ ਨਾਲ। ਲਓ ਜੀ, ਇੱਥੇ ਦੋਨਾਂ ਸਬਜ਼ੀਆਂ ਦੀ ਮੈਂ ਤਿਆਰੀ ਕਰ ਲਈ ਸੀਗੀ, ਇੱਕ ਮਿੱਠਾ ਕੱਦੂ ਅਤੇ ਇੱਕ ਪਾਓ ਭਾਜੀ, ਹੈ ਨਾ, ਭਾਜੀ ਬਣਾਵਾਂਗੇ ਜੀ। ਪਾਓ ਤਾਂ ਆਪਾਂ ਰੈਡੀਮੇਡ ਲੈ ਕੇ ਆਵਾਂਗੇ, ਉਹ ਤਾਂ ਬਣਾਉਣੇ ਨਹੀਂ ਹੈਗੇ, ਭਾਜੀ ਬਣਾਉਣੀ ਆ। ਅਤੇ ਕੜਾਹੀ ਦੇ ਵਿੱਚ
ਪਾ ਲਿਆ ਸੀ ਤੇਲ, ਅਤੇ ਇੱਧਰ ਕੁੱਕਰ 'ਚ ਬਣਾਊਂਗੀ ਮੈਂ ਭਾਜੀ, ਉਹਦੇ ਵਿੱਚ ਪਾ ਲਿਆ ਸੀ ਦੇਸੀ ਘਿਓ, ਥੋੜ੍ਹਾ ਜਿਹਾ ਪਾ ਲਿਆ ਸੀਗਾ ਆਹ ਜਿਹੜਾ ਹੁੰਦਾ ਬਟਰ, ਰੈਡੀਮੇਡ ਮੱਖਣ ਹੁੰਦਾ ਜਿਹੜਾ ਅਮੂਲ ਦਾ, ਉਹ ਪਾ ਲਿਆ ਸੀਗਾ, ਥੋੜ੍ਹਾ ਹੀ ਸੀਗਾ ਜਿੱਦਾਂ ਕਿ ਉਹ ਪਾ ਲਿਆ ਸੀ। ਅਤੇ ਬਾਕੀ ਲਓ ਜੀ, ਤੇਲ ਫਰਾਈ ਹੋਣ ਤੋਂ ਬਾਅਦ ਇਸ ਸਾਈਡ 'ਤੇ ਪੇਠਾ ਪਾਤਾ ਸੀ ਪਹਿਲਾਂ, ਇਹਨੂੰ ਥੋੜ੍ਹਾ ਜਿਹਾ ਕਰਾਂਗੇ ਫਰਾਈ। ਅਤੇ ਕੁੱਕਰ 'ਚ ਪਾਤਾ ਸੀਗਾ ਜੀ ਮੈਂ ਲਸਣ, ਬਰੀਕ ਬਰੀਕ ਜ਼ਿਆਦਾ ਕੱਟ ਲਿਆ ਸੀ, ਕਾਫੀ ਲਸਣ ਪਾਇਆ ਸੀਗਾ ਇਹਦੇ ਵਿੱਚ, ਲਸਣ ਦਾ ਟੇਸਟ ਬਹੁਤ ਵਧੀਆ ਲੱਗਦਾ ਜੀ। ਅਤੇ ਨਾਲ ਦੋ ਪਾਤੇ ਸੀਗੇ ਮੀਡੀਅਮ ਪਿਆਜ਼, ਉਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਉਸ ਤੋਂ ਬਾਅਦ ਪਾਤੀ ਸੀ ਹਰੀ ਮਿਰਚ ਅਤੇ ਲਾਲ ਟਮਾਟਰ, ਇਹਨਾਂ ਨੂੰ ਵੀ ਚੰਗੀ ਤਰ੍ਹਾਂ ਹੁਣ ਕਰਾਂਗੇ, ਪਹਿਲਾਂ ਆਪਾਂ ਭੁੰਨਾਂਗੇ, ਬਰਾਊਨ ਕਰਾਂਗੇ, ਫਿਰ ਉਸ ਤੋਂ ਬਾਅਦ ਗਏ ਸੀ ਡਰਾਈ ਮਸਾਲੇ। ਡਰਾਈ ਮਸਾਲੇ ਬਸ ਸਿੰਪਲ ਜੀ, ਇਹਦੇ ਵਿੱਚ ਨੂਣ ਮਿਰਚ ਅਤੇ ਹਲਦੀ ਤਿੰਨੋਂ ਪਾਇਆ ਸੀ, ਧਨੀਆ ਪਾਊਡਰ ਵਗੈਰਾ ਕੁਛ ਨਹੀਂ ਸੀ ਪਾਇਆ, ਅਤੇ ਪਾਓ ਭਾਜੀ ਲਾਸਟ ਵਿੱਚ ਪਾਇਆ ਪਾਓ ਭਾਜੀ, ਇਹਦੇ ਪਾਏ ਜੀ 3 ਤੋਂ 4 ਚਮਚ ਵੱਡੇ ਪਾਏ ਮੈਂ ਪਾਓ ਭਾਜੀ ਦੇ, ਐਨ ਚੰਗੀ ਤਰ੍ਹਾਂ ਦਿੱਤਾ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ, ਥੋੜ੍ਹਾ ਜਿਹਾ ਸੇਕ ਲਵਾ ਕੇ ਹੁਣ ਪਾ ਦਾਂਗੇ ਆਪਾਂ ਆਲੂ। ਤੁਹਾਡੇ ਬੱਚੇ ਦੋ ਜੋ ਵੀ ਸਬਜ਼ੀਆਂ ਖਾਂਦੇ ਨੇ ਤੁਸੀਂ ਉਹੀ ਸਬਜ਼ੀ ਇਹਦੇ ਵਿੱਚ ਪਾ ਸਕਦੇ ਹੋ, ਮਟਰ, ਸ਼ਿਮਲਾ ਮਿਰਚ, ਸਰਦੀਆਂ 'ਚ ਤਾਂ ਬਹੁਤ ਹੁੰਦੀਆਂ ਨੇ ਜੀ, ਗੋਭੀ ਪਾ ਲਓ, ਗਾਜਰ ਪਾ ਲਓ, ਹੈ ਨਾ। ਪਰ ਅੱਜ ਮੇਰੇ ਕੋਈ ਸਬਜ਼ੀ ਨਹੀਂ ਸੀਗੀ, ਸਿਰਫ ਆਲੂ ਪਿਆਜ਼ ਅਤੇ ਟਮਾਟਰ ਹੀ ਪਾਏ ਸੀਗੇ ਆਪਾਂ ਇਹਦੇ ਵਿੱਚ, ਕਿਉਂਕਿ ਆਹ ਸ਼ਿਮਲਾ ਮਿਰਚ ਵੀ ਨਹੀਂ ਸੀਗੀ, ਸ਼ਿਮਲਾ ਮਿਰਚ ਵੀ ਮੈਂ ਕੱਲ੍ਹ ਸਬਜ਼ੀ ਬਣਾ ਲਈ ਉਹਦੇ ਵਿੱਚ, ਫਿਰ ਮੈਂ ਰੱਖਣੀ ਭੁੱਲ ਗਈ, ਪਹਿਲਾਂ ਮੇਰੇ ਨਹੀਂ ਸੀਗਾ ਮਾਇੰਡ 'ਚ ਮੈਂ ਪਾਓ ਭਾਜੀ ਬਣਾਊਂਗੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਉਹਨੂੰ ਬੰਦ ਕਰਤਾ ਜੀ ਆਪਾਂ, ਉਹਦੇ ਵਿੱਚ ਆਪਾਂ ਲਵਾਵਾਂਗੇ 3 ਤੋਂ 4 ਸੀਟੀਆਂ, ਅਤੇ ਇੱਧਰ ਆਪਣੇ ਪੇਠਾ ਵੀ ਫਰਾਈ ਹੋ ਗਿਆ ਸੀ। ਉਸ ਤੋਂ ਬਾਅਦ ਇਹਦੇ ਵਿੱਚ ਵੀ ਪਾਤਾ ਮੈਂ ਟਮਾਟਰ, ਪਾਤਾ ਹਰੀ ਮਿਰਚ, ਪਾਤੀ ਅਤੇ ਪਿਆਜ਼ ਪਾਤਾ ਅਤੇ ਨਮਕ ਪਾਤਾ, ਹਜੇ ਮਿਰਚ ਅਤੇ ਹੋਰ ਮਸਾਲੇ ਨਹੀਂ ਪਾਏ ਸੀ, ਨਮਕ ਪਾ ਕੇ ਪਹਿਲਾਂ ਚੰਗੀ ਤਰ੍ਹਾਂ ਫਰਾਈ ਕਰਕੇ ਉਹਨੂੰ, ਫਿਰ ਉਸ ਤੋਂ ਬਾਅਦ ਧਨੀਆ ਪਾਊਡਰ, ਲਾਲ ਮਿਰਚ, ਹਲਦੀ ਪਾਊਡਰ, ਇਹ ਸਾਰੇ ਮਸਾਲੇ ਪਾਤੇ ਸੀਗੇ, ਅਤੇ ਇੰਨੀ ਟੇਸਟੀ ਸਬਜ਼ੀ ਬਣੀ ਸੀਗੀ, ਭਾਜੀ ਵੀ ਬਹੁਤ ਟੇਸਟੀ ਬਣੀ ਸੀ ਅਤੇ ਸਬਜ਼ੀ ਵੀ ਬਹੁਤ ਟੇਸਟੀ ਬਣੀ ਸੀ, ਦੋਨੇ ਹੀ ਬਹੁਤ ਟੇਸਟੀ ਬਣੀਆਂ ਸੀ, ਦੋਨੇ ਕੰਮ ਆਪਾਂ ਕਰ ਲਏ। ਪੇਠਾ ਹਜੇ ਆਪਣਾ ਬਣੇ ਰਿਹਾ ਸੀ, ਇਹਨੂੰ ਮੈਂ ਸਿਮ 'ਤੇ ਕਰਤਾ ਸੀਗਾ, ਅਤੇ ਭਾਜੀ ਲਾਤੀ ਸੀਗੀ ਕਿਉਂਕਿ ਉਹਨੂੰ 4 ਸੀਟੀਆਂ ਲੱਗ ਗਈਆਂ ਸੀਗੀਆਂ ਜੀ। ਅਤੇ ਨਾਲ ਦੀ ਨਾਲ ਮੈਂ ਬਣਾਉਣ ਲੱਗ ਗਈ ਸੀ ਪ੍ਰਸ਼ਾਦ, ਪ੍ਰਸ਼ਾਦ ਬਣਾਉਣ ਲੱਗ ਗਈ ਸੀਗੀ। ਇੱਥੇ ਮੈਂ ਜਾਣਾ ਸੀਗਾ ਜੀ ਸਿੰਘ ਸ਼ਹੀਦਾਂ 'ਤੇ ਮੱਥਾ ਟੇਕਣ, ਯੂਵੀ ਨੂੰ ਕਿਹਾ ਸੀ ਵੀ ਟਿਕਾ ਲਈ ਮੱਥਾ ਮੇਰਾ 5:30 ਵਜੇ, ਵੀ ਮੈਂ ਲੱਗ ਗਈ ਸੀ। ਅਤੇ ਇੱਕ ਛੋਟੀ ਕੜਛੀ ਘਿਓ ਦੀ ਲਈ ਸੀ, ਜ਼ਿਆਦਾ ਨਹੀਂ ਸੀ ਲਿਆ ਜੀ, ਮੈਂ ਛੋਟੀ ਕੜਛੀ ਉਹ ਲਈ ਸੀ ਕਿਉਂਕਿ ਮਿੱਠਾ ਕੋਈ ਖਾ ਕੇ ਖੁਸ਼ ਨਹੀਂ ਹੈਗਾ, ਗਰਮੀ 'ਚ ਤਾਂ ਵੈਸੇ ਵੀ ਨਹੀਂ ਉਹ ਲੱਗਦਾ। ਅਤੇ ਇੱਕ ਕੜਛੀ ਉਹ ਬਸ ਫਿਰ ਉਹੀ ਆਟੇ ਦੀ ਲੈ ਲਈ ਸੀ, ਅਤੇ ਉਹੀ ਆਟਾ ਹਲਕਾ ਜਿਹਾ ਬਰਾਊਨ ਕਰਕੇ ਉਸ ਤੋਂ ਬਾਅਦ ਉਹੀ ਚੀਨੀ ਦੀ ਪਾ ਲਈ, ਅਤੇ ਵਿੱਚ ਪਾ ਲਿਆ ਜੀ ਪਾਣੀ। ਪ੍ਰਸ਼ਾਦ ਬਣ ਕੇ ਆਪਣਾ ਤਿਆਰ ਸੀਗਾ, ਇਹਨੂੰ ਠੰਡਾ ਹੋਣ ਦੇਵਾਂਗੇ। ਅਤੇ ਨਾਲ ਦੀ ਨਾਲ ਮੈਂ ਇੱਥੇ ਬਣਾਉਣ ਲੱਗ ਗਈ ਸੀ ਜੋਤ, ਠੀਕ ਹੈ ਜੀ, ਜਿਹੜੀ ਮੈਂ ਚੀਨੀ ਪ੍ਰਸ਼ਾਦ 'ਚ ਪਾਉਣੀ ਹੁੰਦੀ ਅੰਦਰੋਂ ਢੋਲੀ 'ਚੋਂ ਲੈ ਕੇ ਆਉਂਦੀ ਹੁੰਦੀ ਆ, ਜਿਹੜੀ ਚਾਹ ਵਾਲੇ ਭਾਂਡੇ 'ਚੋਂ ਪਾਈ ਹੁੰਦੀ ਆ ਜੀ, ਉਹ ਨਹੀਂ ਮੈਂ ਵਰਤਦੀ, ਜਿਹੜੀ ਐਕਸਟਰਾ ਸੀਗੀ ਹੁਣ ਉਹਦੇ ਵਿੱਚ ਪਾਤੀ ਮੈਂ, ਠੀਕ ਹੈ ਜੀ। ਅਤੇ ਆਹ ਜੋਤ ਬਣਾਵਾਂਗੇ ਆਪਾਂ ਆਟੇ ਦੀ, ਦੱਸਿਓ ਕਮੈਂਟ ਕਰਕੇ ਕਿਹੜੀਆਂ ਕਿਹੜੀਆਂ ਭੈਣਾਂ ਆਟੇ ਦੀ ਜੋਤ ਬਣਾਉਂਦੀਆਂ ਨੇ। ਕਈ ਵਾਰ ਮੈਂ ਚਿਰਾਗ ਹੁੰਦਾ ਜਿਹੜਾ, ਉਹ ਚੂੰਗੜਾ ਕਹਿੰਦੇ ਨੇ, ਦੀਵਾਲੀ ਨੂੰ ਮਿਲਦੇ ਹੁੰਦੇ ਨੇ, ਹੈ ਨਾ, ਕੱਚੇ ਭਾਂਡੇ ਜਿਹੇ, ਉਹਦੇ ਨਾਲ ਵੀ ਭੈਣਾਂ ਬਣਾ ਲੈਂਦੀਆਂ ਨੇ, ਪਰ ਅਸੀਂ ਤਾਂ ਜ਼ਿਆਦਾਤਰ ਜੀ ਆਟੇ ਦੀ ਉਹ ਬਣਾਉਂਦੇ ਹੁੰਦੇ ਹਾਂ। ਲਓ ਜੀ ਆਟੇ ਦੀ ਜੋਤ ਬਣਾ ਦੂੰਗੀ, ਅਤੇ ਇਹਨੂੰ ਥੋੜ੍ਹਾ ਕੁ ਚਿਰ ਰੱਖ ਦਾਂਗੇ ਆਪਾਂ, ਵੀ ਹੋ ਜਾਵੇ ਘਿਓ ਜ਼ਿਆਦਾ ਪਤਲਾ ਜਿਹਾ ਹੁੰਦਾ ਨਾ, ਮੈਂ ਕਿਹਾ ਥੋੜ੍ਹਾ ਜਿਹਾ ਜੰਮ ਲਓ ਜੀ। ਇਹੋ ਜੀ ਗਰਮੀ ਦੇ ਵਿੱਚ ਨਾ ਠੰਡੀ ਠੰਡੀ ਮਿਲ ਗਈ ਕੁਲਫੀ ਖਾਣ ਨੂੰ, ਭਾਈ ਆ ਗਿਆ ਜਾਣ ਨੂੰ, ਸਬਜ਼ੀ ਮੇਰੀ ਬਣ ਗਈ, ਪਾਓ ਭਾਜੀ ਵੀ ਮੇਰੀ ਬਣ ਗਈ, ਅਤੇ ਪ੍ਰਸ਼ਾਦ ਵੀ ਬਣ ਗਿਆ, ਠੰਡਾ ਹੋ ਜਾਵੇ ਜਾਣ ਨੂੰ। ਜੋਤ ਬਣਾ ਕੇ ਰੱਖਤੀ ਜੀ, ਕਿਚਨ ਦਾ ਆਪਾਂ ਸਾਰਾ ਕੰਮ ਡਨ ਕਰਤਾ, ਟਾਈਮਿੰਗ ਹੋ ਗਈ ਦੋਹਾਂ 5:00, 13-14 ਕੁ ਮਿੰਟ ਹੋ ਗਏ, 5 ਮਿੰਟ ਇਹ ਮੂਹਰੇ ਰੱਖਿਆ ਹੋਇਆ, 5-7 ਮਿੰਟ, ਅਤੇ ਹੁਣ ਨਾਲੇ ਮੈਂ ਖਾਂਦੀ ਹਾਂ ਕੁਲਫੀ, ਨਾਲੇ ਹਵਾ ਲੈ ਲਵਾਂ ਥੋੜ੍ਹੀ ਜੀ, ਇੰਨੀ ਕੁ ਤਾਂ ਬਣਦੀ ਆ। ਮੈਂ ਕਿੰਨੇ ਲੱਗੀ ਸੀ, 5:25 ਨਾ, 4:25 'ਤੇ ਲੱਗੀ ਸੀਗੀ ਮੈਂ, ਕਿੰਨਾ ਟਾਈਮ 'ਚ ਆਪਣਾ ਪੂਰਾ ਕਰਤਾ ਮੈਂ,
ਅੱਧਾ ਘੰਟਾ 40 ਮਿੰਟ 45 ਕੁ ਮਿੰਟ 'ਚ ਪੂਰਾ ਕਰਤਾ ਜੀ, ਪੌਣੇ ਕੁ ਘੰਟੇ 'ਚ ਸਾਰਾ ਕੁਛ ਬਣਾ ਕੇ ਰੈਡੀ ਕਰਤਾ। ਹੁਣ ਲੈਂਦੇ ਹਾਂ ਥੋੜ੍ਹੀ ਜਿਹੀ ਹਵਾ, ਇੱਥੇ ਬੈਠਾ ਕੁਲਫੀ ਖਾਣ ਲੱਗਿਆ ਹੋਇਆ ਅਤੇ ਮੈਂ ਵੀ ਖਾਂਦੀ ਹਾਂ ਹੁਣ ਕੁਲਫੀ, ਉਦੋਂ ਬਾਅਦ ਮਿਲਦੇ ਹਾਂ ਜੀ। ਹੁਣ ਕੁਲਫੀ ਖਾ ਲਈਏ ਪਹਿਲਾਂ ਬੈਠ ਕੇ ਠੰਡੀ ਠੰਡੀ ਹਵਾ ਦੇ ਵਿੱਚ, ਠੰਡੀ ਠੰਡੀ ਕੁਲਫੀ। ਲਓ ਜੀ, ਕੁਲਫੀ ਖਾਣ ਤੋਂ ਬਾਅਦ ਅਸੀਂ ਆ ਗਏ ਸੀਗੇ ਸਿੰਘ ਸ਼ਹੀਦਾਂ 'ਤੇ, ਜਿਵੇਂ ਤੁਹਾਨੂੰ ਦੱਸਿਆ ਸੀ ਮੱਥਾ ਟੇਕਣ ਜਾਣਾ ਸੀ, ਮੱਥਾ ਟੇਕਣ ਜੀ। ਇੱਥੇ ਹਫ਼ਤੇ 'ਚ ਇੱਕ ਦੋ ਵਾਰ ਅਸੀਂ ਆ ਜਾਂਦੇ ਹੁੰਦੇ ਹਾਂ ਗੁਰਦੁਆਰਾ ਸਾਹਿਬ, ਯੂ ਵੀ ਸ਼ਾਮ ਨੂੰ ਡੇਲੀ ਜਾਂਦਾ ਹੀ ਜਾਂਦਾ, ਅਤੇ ਇੱਥੇ ਵੀ ਉਹਦੀ ਬਹੁਤ ਸ਼ਰਧਾ ਹੈ, ਹੈ ਨਾ। ਇੱਥੇ ਵੀ ਉਹ ਹਫ਼ਤੇ 'ਚ ਇੱਕ ਦੋ ਵਾਰ ਜ਼ਰੂਰ ਆਉਂਦਾ ਹੀ ਆਉਂਦਾ ਮੱਥਾ ਟੇਕਣ ਜੀ, ਹੈ ਨਾ। ਅਤੇ ਜੋ ਵੀ ਵਾਰ ਮੰਗਦੇ ਹਾਂ ਜੀ ਆਪਾਂ ਜ਼ਰੂਰ ਪੂਰਾ ਹੁੰਦਾ ਹੈ, ਹੈ ਨਾ। ਬਹੁਤ ਜ਼ਿਆਦਾ ਭੋਲੇ ਨੇ ਬਾਬਾ ਜੀ ਕਰਨੀ ਵਾਲੇ ਨੇ, ਅਤੇ ਲਓ ਜੀ ਤੁਸੀਂ ਵੀ ਦਰਸ਼ਨ ਕਰ ਲਓ, ਮੈਂ ਕਿਹਾ। ਅਤੇ ਇੱਕ ਭੈਣ ਨੇ ਜੀ ਅਵਨੀਤ ਔਲਖ, ਉਹ ਕਹਿੰਦੇ ਸੀਗੇ ਮੇਰਾ ਨਾਮ ਲਿਓ। ਥੈਂਕ ਯੂ ਭੈਣੇ, ਥੈਂਕ ਯੂ ਸੋ ਮੱਚ ਜੀ, ਬਹੁਤ ਬਹੁਤ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ, ਮੇਰੇ ਜਿਹੜੀ ਵੀਡੀਓ 'ਤੇ ਆਉਂਦੇ ਹੋ ਅਤੇ ਵਾਚ ਕਰਦੇ ਹੋ। ਅਤੇ ਇੱਕ ਭੈਣ ਨੇ ਜੀ ਹਰਜੋਤ ਸਿੰਘ ਦੀ ਆਈ ਡੀ ਤੋਂ, ਹੈ ਨਾ, ਉਹ ਕਈ ਦਿਨ ਤੋਂ ਕਹਿ ਰਹੇ ਨੇ ਵੀ ਤੁਸੀਂ ਕਿਹੜਾ ਫੇਸ ਵਾਸ਼ ਯੂਜ਼ ਕਰਦੇ ਹੋ ਦੀ ਦੱਸਿਓ। ਮੈਂ ਉਹਨਾਂ ਨੂੰ ਕਮੈਂਟਾਂ 'ਚ ਤਾਂ ਕਾਫੀ ਵਾਰ ਦੱਸਿਆ, ਪਤਾ ਨਹੀਂ ਉਹਨਾਂ ਨੇ ਕਮੈਂਟ ਦੇਖੇ ਨਹੀਂ ਜੀ। ਆਹ ਇਹ ਭੈਣੇ ਜਿਹੜਾ ਮੈਂ ਯੂਜ਼ ਕਰਦੀ ਹਾਂ, ਇਹਨੂੰ ਮੈਨੂੰ ਵਰਤੀ ਨੂੰ ਜੀ 8-9 ਸਾਲ ਹੋ ਗਏ, ਬੜਾ ਵਧੀਆ ਹੈ ਅਤੇ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ। ਮੱਥਾ ਟੇਕ ਕੇ ਆ ਕੇ ਮੈਂ ਬਣਾ ਲਈ ਸੀਗੀ ਰੋਟੀ, ਰੋਟੀ ਬਣਾ ਕੇ ਕੂਲਰ 'ਚ ਪਾਣੀ ਪਾਇਆ, ਟੈਂਕੀ ਭਰੀ, ਡੱਬ ਭਰ ਕੇ ਨਹਾਉਣ ਨੂੰ, ਅਤੇ ਉਸ ਤੋਂ ਬਾਅਦ ਆਪਾਂ ਡੈਡੀ ਜੀ ਰੋਟੀ ਖਾ ਗਏ, ਡੈਡੀ ਜੀ ਨੂੰ ਰੋਟੀ ਦੇ ਦਿੱਤੀ ਜੀ, ਅਤੇ ਜਿਹੜਾ ਐਕਸਟਰਾ ਪੇਠਾ ਸੀਗਾ ਉਹ ਭਾਂਡੇ 'ਚ ਕੱਢ ਕੇ ਰੱਖਤਾ, ਭਾਜੀ ਪਈ ਆ ਕੁੱਕਰ 'ਚ, ਹਜੇ ਉਹ ਅਸੀਂ ਖਾ ਕੇ ਕੱਢਾਂਗੇ। ਅਤੇ ਇੱਥੇ ਆਲੂ ਵਾਲੇ ਨੇ ਆਪਾਂ ਸਵੇਰ ਦੀ ਤਿਆਰੀ ਕਰਨ ਲੱਗੀ ਹਾਂ, ਕਿਉਂਕਿ ਯੁਵਰਾਜ ਨੇ ਕੱਲ੍ਹ ਨੂੰ ਜਾਣਾ ਹੈ। ਕਿੱਥੇ ਜਾਣਾ ਹੈ ਉਹ ਨੈਕਸਟ ਵਲੌਗ 'ਚ ਤੁਹਾਨੂੰ ਪਤਾ ਲੱਗੂ ਜੇ ਕਿੱਥੇ ਗਿਆ, ਹੈ ਨਾ। ਕਈ ਸਬਸਕ੍ਰਾਈਬਰਾਂ ਨੂੰ ਤਾਂ ਪਤਾ ਲੱਗ ਗਿਆ, ਹੁਣ ਜਿਹੜੀਆਂ ਭੈਣਾਂ ਮੇਰੇ ਨਾਲ ਪਹਿਲਾਂ ਤੋਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਹੋਵੇ ਆਲੂ ਵਾਲੇ ਨੇ ਯੂਵੀ ਲਈ ਸੈਂਡਵਿਚ ਬਣਾਉਣਾ, ਯੂਵੀ ਨੇ ਕਿੱਥੇ ਜਾਣਾ। ਅਤੇ ਇੱਥੇ ਮੈਂ ਧਰਿਆ ਦੁੱਧ ਨੂੰ ਥੋੜ੍ਹਾ ਜਿਹਾ ਅਵਾਈਜ ਦਿੱਤੀ ਹੋਈ ਹੈ ਜੀ, ਥੋੜ੍ਹਾ ਜਿਹਾ ਕੋਸਾ ਕਰਕੇ ਨਾ ਲਾਉਣਾ ਜਾਗ, ਕਿਉਂਕਿ ਮੰਮੀ ਵਾਲੀ ਜ਼ਿੰਮੇਵਾਰੀ ਨਹਾਉਣੀ ਪੈਂਦੀ ਹੈ, ਜਾਗ ਕਦੇ ਨਹੀਂ ਸੀ ਲਾਇਆ, ਮੰਮੀ ਲਾਉਂਦੇ ਨੇ, ਮੈਂ ਤਾਂ ਕਦੇ ਪੀ ਨਹੀਂ ਸੀ ਲਾਇਆ। ਪਰ ਹੁਣ ਦੋ ਦਿਨ ਹੋ ਗਏ ਜੀ ਜਾਗ ਲਾਉਂਦੇ ਹਾਂ ਆਪਾਂ, ਕਿਉਂਕਿ ਮੰਮੀ ਗਈ ਹੋਈ ਆ ਮੇਰੀ ਨੰਦ ਕੋਲ, ਦੀਪੀ ਕੋਲ ਗਈ ਹੋਈ ਆ ਜੀ, ਹੈ ਨਾ। ਉੱਥੇ ਦੋ ਦਿਨ ਉੱਥੇ ਰਹੀ ਅਤੇ ਮਾਸੀ ਜੀ ਕੋਲ ਰਹੇ, ਰਹਿਣਾ ਇੱਕ ਰਾਤ ਮਾਸੀ ਜੀ ਕੋਲ, ਅੱਜ ਰਹਿਣਗੇ, ਅੱਜ ਵੀਰਵਾਰ ਦਾ ਦਿਨ ਆ, ਕੱਲ੍ਹ ਨੂੰ ਸ਼ੁੱਕਰਵਾਰ ਤੱਕ ਜਦ ਤੱਕ ਤੁਹਾਡੇ ਕੋਲ ਵੀਡੀਓ ਪਹੁੰਚੂਗੀ ਇਹ, ਜਦ ਤੱਕ ਮੰਮੀ ਆ ਜਾਣਗੇ। ਦੋ ਤਿੰਨ ਦਿਨ ਮੰਮੀ ਲਾਇਆ ਹੈ, ਬਿਲਕੁਲ ਜੀ ਨਹੀਂ ਲੱਗਿਆ ਹੈਗਾ ਜੀ ਮੇਰਾ ਤਾਂ ਘਰੇ, ਹੈ ਨਾ। ਮੈਨੂੰ ਤਾਂ ਇੰਨਾ ਔਖਾ ਲੱਗਿਆ, ਮੰਮੀ ਵਗੈਰ ਬਹੁਤ ਜ਼ਿਆਦਾ, ਮੰਮੀ ਹੱਸਣ ਲੱਗ ਗਈ, ਮੈਂ ਕਿਹਾ ਮੰਮੀ ਤੁਸੀਂ ਨਾ ਜਾਓ, ਕਹਿੰਦੀ ਕਿ ਸਿਆਣਿਆਂ ਦਾ ਨਹੀਂ ਜੀ ਕਰਦਾ ਹੈਗਾ, ਮੈਂ ਕਿਹਾ ਜੀ ਤਾਂ ਕਰਦਾ ਹੈ ਵੀ ਫਿਰ ਮੈਂ ਇਕੱਲੀ ਰਹਿ ਜਾਂਦੀ, ਕਹਿੰਦੀ ਤੂੰ ਜਾਂਦੀ ਮੈਂ ਇਕੱਲੀ ਰਹਿੰਦੀ ਹਾਂ, ਹੈ ਨਾ। ਮੈਂ ਕਿਹਾ ਤੁਹਾਡੇ ਕੋਲ ਤਾਂ ਡੈਡੀ ਜੀ ਹੁੰਦੇ ਨੇ, ਚੱਲ ਵੀ ਘਰ ਆ ਜਾਂਦੇ ਨੇ ਖੇਤ 'ਚੋਂ, ਵੀ ਗੁਰਦੀਪ ਤਾਂ ਹੁਣ ਕੰਮ ਦੇ ਰਿਹਾ, ਫਿਰ ਯੂ ਵੀ 2 ਵਜੇ ਤੱਕ ਸਕੂਲ 2:30 ਤੱਕ ਹੁੰਦਾ ਹੈ ਜੀ, ਹੈ ਨਾ। ਹਾਲਾਂਕਿ ਡੈਡੀ ਜੀ ਤਾਂ ਚਲੋ ਹੁੰਦੇ ਨੇ ਇੱਥੇ, ਪਰ ਫਿਰ ਵੀ ਹੈ ਨਾ ਮੰਮੀ ਨਾਲ ਜਿਹੜੀ ਅਟੈਚਮੈਂਟ ਹੈ ਜੀ ਉਹ ਮੰਮੀ ਨਾਲ ਆ, ਹੈ ਨਾ। ਬਹੁਤ ਮੰਮੀ ਨੂੰ ਮੈਂ ਮਿਸ ਕੀਤਾ ਜੀ, ਮੈਂ ਹਾਂਜੀ 2 ਦਿਨ ਕੱਢੇ ਰਿਹਾ 3 ਦਿਨ, ਮੰਮੀ ਚਲੇ ਗਏ ਸੀ ਤਾਂ ਵੀ ਹੁਣ ਆਪਣੀ ਗੈਸ ਦੁੱਧ ਨੂੰ ਫਟੀ ਹੋਈ ਸੀ ਚੋਣ ਦੇਣ ਤੋਂ, ਵੀ ਚੋਂਦੇ ਨਹੀਂ ਸੀ, ਹੈ ਨਾ। ਧਾਰ ਨਹੀਂ ਤਾਂ ਤੁਹਾਨੂੰ ਪਤਾ ਤੁਸੀਂ ਦੇਖਿਆ ਹੀ ਹੋਊਗਾ, ਮੰਮੀ ਬਹੁਤ ਘੱਟ ਜਾਂਦੇ ਨੇ ਮੇਰੇ, ਜਿੱਥੇ ਵੀ ਜਾਂਦੇ ਨੇ ਦਿਨ ਦਿਨ 'ਚ ਜਾ ਕੇ ਮੁੜ ਆਉਂਦੇ, ਕਿਉਂਕਿ ਮੈਂ ਜਾ ਨਹੀਂ ਦਿੰਦੀ ਹੈਗੀ ਧਾਰ, ਨਹੀਂ ਮੈਨੂੰ ਚੋਣੀ ਆਉਂਦੀ ਹੈਗੀ ਜੀ, ਇਸ ਕਰਕੇ ਫਿਰ ਮੰਮੀ ਨਹੀਂ ਜਾ ਪਾਉਂਦੇ ਹੈਗੇ, ਹੈ ਨਾ। ਵੀ ਹੁਣ ਦੁੱਧ ਹਟੇ ਕਰਕੇ ਹੀ ਮੰਮੀ ਗਏ ਹੋਏ ਨੇ, ਵੀ ਚੱਲ ਲਾ ਆਉਣਗੇ, ਸਿਆਣਿਆਂ ਦਾ ਵੀ ਚਲੋ ਜੋ ਜੀ ਤਾਂ ਕਰਦਾ ਹੀ ਆ, ਹੈ ਨਾ। ਪਰ ਮੈਂ ਰੌਲਾ ਬਹੁਤ ਪਾਇਆ, ਮੰਮੀ ਮੈਨੂੰ ਪਤਾ ਕੀ ਕਹਿੰਦੀ, ਕਹਿੰਦੀ ਜਿੱਦਾਂ ਮੈਂ ਜਾਣਾ ਹੁੰਦਾ ਕਲੇਸ਼ ਪਾ ਕੇ ਬਹਿ ਗਿਆ ਕਰਕੇ ਵੀ ਆਪ ਨਹੀਂ ਜਾਂਦੀ ਹੈਗੀ,
ਦੇਖੋ ਜੀ ਮੈਨੂੰ ਕੰਮ ਦਾ ਨਹੀਂ ਕੋਈ, ਹੈ ਨਾ, ਕੰਮ ਤਾਂ ਮੈਂ ਇੱਦੋਂ ਵੀ ਜਲਦੀ ਕਰ ਲੈਂਦੀ ਹਾਂ, 8 ਵਜੇ ਨੂੰ ਮੁੱਕ ਗਿਆ ਸੀ ਸਵੇਰੇ ਮੇਰਾ ਕੰਮ, ਵੀ ਕੋਈ ਚੱਕਰ ਨਹੀਂ। ਪਰ ਮੇਰਾ ਦਿਲ ਨਹੀਂ ਲੱਗਦਾ ਹੈਗਾ ਇਕੱਲੀ ਦਾ, ਇਕੱਲਾ ਬੰਦਾ ਕਰੇ ਕੀ ਸਾਰੀ ਤੁਹਾਡੀ ਘਰੇ, ਹੁਣ ਫੋਨ ਵੀ ਕਿੰਨਾ ਕੁ ਚਿਰ ਦੇਖੀ ਜਾਊਗਾ ਅਗਲਾ, ਮੈਂ ਤਾਂ ਫੋਨ ਫਾਨ ਚਲਾਈ ਗਈ, ਪਰ ਫਿਰ ਵੀ ਉਨਾ ਕਿੰਨਾ ਕੁ ਚਿਰ ਹੁਣ ਆਪਾਂ ਦੇਖੀ ਜਾਵਾਂਗੇ ਜੇ ਅੱਖਾਂ ਦੁਖਣ ਲੱਗ ਜਾਂਦੀਆਂ, ਵੀ ਬਹੁਤ ਔਖਾ ਲੱਗਿਆ। ਮੈਂ ਤਾਂ ਮਸਾਈ ਮੈਂ ਤਾਂ ਬੂ ਕਹਿ ਕੇ ਕੱਢੇ ਨੇ, 2-3 ਦਿਨ ਜਿਹੜੇ ਕੱਢੇ ਨੇ, ਕਦੇ ਕਿਸੇ ਨੂੰ ਫੋਨ ਕਰਕੇ ਟਾਈਮ ਪਾਸ ਕਰਿਆ, ਕਦੇ ਕਿਸੇ ਨੂੰ ਪੇਕਿਆਂ ਨੂੰ ਫੋਨ ਕਰ, ਮੰਮੀ ਵੀ ਹੱਸਣ ਲੱਗ ਗਏ ਉੱਥੇ ਪੇਕਿਆਂ ਦੇ, ਕਹਿੰਦੇ ਹੁਣ ਤੂੰ ਰੋਜ਼ ਫੋਨ ਕਰ ਲਈ ਅੱਗੇ ਤਾਂ ਤੁਸੀਂ ਕਹਿ ਦੇ ਹੁੰਦੇ, ਤੈਨੂੰ ਤਾਂ ਨਹੀਂ ਕਰਦੀ। ਮੈਂ ਕਿਹਾ ਹੁਣ ਮੇਰੀ ਮੰਮੀ ਕਰਦੀ ਹੈਗੀ, ਹੁਣ ਤਾਂ ਤੁਹਾਨੂੰ ਕਰ ਲੈਣੀ ਹੈ। ਗੁਰਦੀਪ ਨੂੰ ਫੋਨ ਕਰੀ ਜਾਂਦੀ ਸੀ, ਉਹ ਵੀ ਹੱਸਣ ਲੱਗ ਗਏ, ਕਹਿੰਦੇ ਵਾਰ ਵਾਰ ਫੋਨ ਕਰਦੇ ਨੇ, ਮੈਨੂੰ ਕੰਮ ਕਰ ਲੈਣਗੇ। ਮੈਂ ਕਿਹਾ ਮੈਨੂੰ ਦਿਲ ਨਹੀਂ ਲੱਗਦਾ ਹੈਗਾ, ਮੈਂ ਵੀ ਇਕੱਲੀ ਕੀ ਕਰਾਂ ਨਾ, ਫਿਰ ਐਂ ਹੁੰਦਾ ਜੀ ਬੰਦਾ ਇਕੱਲਾ ਕਿਧਰੇ ਆਸਮਾਨ ਵੀ ਨਹੀਂ ਜਾ ਸਕਦਾ ਘਰੋਂ, ਹੈ ਨਾ। ਅਤੇ ਹੁਣ ਚਲੋ ਕੱਲ੍ਹ ਨੂੰ ਆ ਜਾਣਗੇ ਜੀ, ਹੈ ਨਾ, ਅੱਜ ਦੀ ਰਾਤ ਆ, ਜਦ ਨੂੰ ਤੁਹਾਨੂੰ ਵੀਡੀਓ ਮਿਲਣੀ ਆ, ਇਹ ਜਦ ਨੂੰ ਆ ਜਾਣਗੇ ਮੰਮੀ ਨੂੰ ਫੋਨ ਕਰ ਦਿਓ, ਮੈਂ ਤੁਹਾਡੇ ਤੋਂ ਪਹਿਲਾਂ ਕਰਨੀ ਆ ਜੀ, ਫਿਰ ਧੁੱਪਾ ਲੈਣੀ ਆ, ਵੀ ਤੁਹਾਨੂੰ ਪਹਿਲਾਂ ਪਹਿਲਾਂ ਸੱਜਰੇ ਸੱਜਰੇ ਆ ਗਏ। ਚਲੋ ਜੀ ਜਾਗ ਆਪਣਾ ਲੱਗ ਗਿਆ, ਜਾਗ ਨੂੰ ਆਪਾਂ ਰੱਖਿਆ ਹੋਣਾ ਉੱਧਰ ਕੂਲਰ ਨੂੰ, ਜਿੱਥੇ ਡੈਡੀ ਜੀ ਸੌਂਦੇ ਹੁੰਦੇ ਨੇ ਉੱਥੇ ਰੱਖ ਦਿੰਦੇ ਹੁੰਦੇ ਹਾਂ, ਫਿਰ ਹਵਾ 'ਚ ਬਹੁਤ ਸੋਹਣਾ ਲੱਗਦਾ, ਖੱਟਾ ਨਹੀਂ ਹੁੰਦਾ ਬਿਲਕੁਲ ਵੀ। ਕਈ ਭੈਣਾਂ ਏ ਸੀ 'ਚ ਵੀ ਮੈਂ ਕਹਿੰਦੀ ਰੱਖ ਲੈਂਦੇ ਹਾਂ, ਪਰ ਅਸੀਂ ਏ ਸੀ 'ਚ ਤਾਂ ਨਹੀਂ ਰੱਖਿਆ ਕਦੇ, ਮੈਨੂੰ ਆ ਹੁੰਦਾ ਜੇ ਨਾ ਲੱਗਿਆ ਜ਼ਿਆਦਾ ਠੰਡ 'ਚ, ਵੀ ਕੂਲਰ ਨੂੰ ਰੱਖ ਦੇ ਦਿੰਦੇ ਹਾਂ ਕਮਰੇ 'ਚ, ਠੀਕ ਹੈ ਜੀ। ਅਤੇ ਲਓ ਜੀ ਆਲੂ ਆਪਣੇ ਉਬਾਲੇ ਗਏ, ਹੁਣ ਮੈਂ ਨਹਾ ਕੇ ਆਉਂਦੀ ਹਾਂ, ਨਹਾ ਕੇ ਫਿਰ ਡੈਡ ਜੀ ਰੋਟੀ ਜਿਵੇਂ ਤੁਹਾਨੂੰ ਦੱਸਿਆ ਖਾ ਗਏ, ਬਸ ਅਸੀਂ ਉਹ ਰਹਿ ਗਏ, ਫਿਰ ਗੁਰਦੀਪ ਆਏ ਤਾਂ ਜੀ ਇਕੱਠੇ ਪਾਓ ਸੇਕੂੰਗੀ, ਉਸ ਤੋਂ ਬਾਅਦ ਫਿਰ ਮੈਂ ਯੂਬੀ ਅਤੇ ਗੁਰਦੀਪ ਖਾਵਾਂਗੇ, ਹੁਣ ਆਪਾਂ ਰੱਖ ਕੇ ਨਹਾ ਕੇ ਆਉਂਦੇ ਹਾਂ। ਮਿਲ ਗਿਆ ਫੈਲ ਤੇ ਰੈਪ ਕਰਨਾ ਇਹਨੇ, ਉਹਨਾਂ ਨੇ ਕਾਸੇ ਤੇ ਲਪੇਟ ਕੇ ਨਹੀਂ ਦਿੱਤਾ। ਉਹ ਪੁੱਤ ਫਿਰ ਇਹ ਫਿਰ ਆਪਾਂ ਤੋਂ ਬਲ ਜੇ ਪੈ ਜਾਣੇ ਨੇ, ਫੋਲਡ ਨਹੀਂ ਹੋਣਾ ਚੰਗੀ ਤਰ੍ਹਾਂ। ਉਹ ਜੀ ਉਹਨੇ ਫੈਲ 'ਤੇ ਕੋਈ ਰੈਪ ਕਰਨਾ ਉਹ ਆ, ਅਤੇ ਆਹ ਮੰਗਾਈ ਇਹਨੇ ਲੋਅਰ ਵਾਈਟ ਕਲਰ ਦੀ, ਠੀਕ ਹੈ ਜੀ। ਦੇਖੋ ਆਹ ਮੈਂ ਨਾਲ ਲੋਅਰ ਦੇ ਤੀ ਸੀਗੀ, ਲੈ ਵੀ ਦੇਖ ਤਾਂ ਵਧੀਆ ਪਾ ਕੇ ਦੇਖ ਲਾ ਚੱਲ, ਹੈ ਨਾ। ਜੁਬੀ ਕਿੱਥੇ ਜਾਣ ਦੀ ਤਿਆਰੀ ਕਰ ਰਿਹਾ ਜੀ, ਉਹ ਤੁਹਾਨੂੰ ਨੈਕਸਟ ਵੀਡੀਓ 'ਚ ਪਤਾ ਲੱਗੂਗਾ। ਅਤੇ ਲਓ ਜੀ ਗੁਰਦੀਪ ਨਹਾ ਕੇ ਹੋ ਗਏ ਸੀਗੇ ਰੈਡੀ, ਆਪਾਂ ਵੀ ਇੱਥੇ ਮੈਂ ਥਾਲੀ ਆਪਣੀ ਲਗਾ ਲਈ ਸੀ, ਭਾਜੀ ਪਾ ਲਈ ਸੀ, ਪਾਉਂ ਸੇਕ ਲਏ ਸੀ, ਅਤੇ ਵੀਡੀਓ ਦਾ ਕਰਾਂਗੇ ਜੀ ਹੁਣ ਆਪਾਂ ਐਂਡ। ਵੀਡੀਓ ਤੁਹਾਨੂੰ ਥੋੜ੍ਹੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ ਚੈਨਲ, ਅਤੇ ਨਵੇਂ ਉੱਥੇ ਚੈਨਲ ਕਰਿਓ ਸਬਸਕ੍ਰਾਈਬ। ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ 'ਚ, ਓਕੇ ਜੀ, ਬਾਏ ਬਾਏ, ਟੇਕ ਕੇਅਰ।